ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ? ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਸੋ ਅੱਜ ਦੀ ਜਿਸ ਵੀਡੀਓ ਤੇ ਰਿਐਕਟ ਕਰਨ ਜਾ ਰਹੇ ਹਾਂ ਉਹ ਹੈ ਨਵ ਰਿਵਰ ਸੌਂਗ, ਜੱਗੀ ਦਾ ਆ ਚੁੱਕਿਆ। ਸੋ ਜਿਸ ਨੂੰ ਲਿਖਿਆ ਗਾਇਆ ਤੇ ਕੰਪੋਜ਼ ਜੱਗੀ ਨੇ ਆਪ ਕੀਤਾ। ਸੋ ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਨਾਮ ਵਹਿਲੀਆਂ ਚ ਮਾਰੀ ਹੋਈ ਮਹੱਲ ਕਰਕੇ, ਪਿੱਛੋਂ ਪਹਿਲੀਆਂ ਚ ਆਇਆ ਕਿਸੇ ਗੱਲ ਕਰਕੇ, ਨੀ ਮੈਂ ਮਸਲੇ ਦਿਖਾਵਾਂ ਤੈਨੂੰ ਹੱਲ ਕਰਕੇ, ਤੇ ਤੂੰ ਖੁੱਲ ਕੇ ਤਾਂ ਦੇਖ ਕੇ ਰਾਂ ਗੱਲ ਕਰਕੇ, ਕੌਪ ਕਾਰ ਵੀ ਕੋਈ ਏਰੀਏ ਚੋਂ ਲੰਘੇ ਨਾ ਕੁੜੇ, ਮਿਲੇ ਮੱਤ ਵੀ ਜਿੰਨਾ ਨਾ ਬੰਦੇ ਚੰਗੇ ਨਾ ਕੁੜੇ, ਹੁਣ ਦਈਏ ਨਾ ਸਲਾਹਾਂ ਜਿਹੜਾ ਮੰਗੇ ਨਾ ਕੁੜੇ, ਕਦੇ ਅਸੀਂ ਵੀ ਨੀ ਟੰਗੇ ਜਿਹੜੇ ਖੰਗੇ ਨਾ ਕੁੜੇ, ਕਦੇ ਲੋੜ ਤੋਂ ਨੀ ਭੁੱਲੇ ਅਸੀਂ ਜ਼ਿਆਦਾ ਗੋਰੀਏ, ਸਾਡੀ ਕਰੀ ਹੋਈ ਜਵਾਨ ਸਾਡਾ ਵਾਹਦਾ ਗੋਰੀਏ, ਕੁੱਟ ਸਬਰਾਂ ਦੇ ਬੜੀ ਵਾਰ ਪੀਤੇ ਕਿਉਂ ਨੀ ਪਰ ਖਾਦਾ ਗੋਰੀ ਇਹ, ਬੜੇ ਸਾਡੇ ਹਸਰਾਂ ਤੇ ਇਲਜ਼ਾਮ ਲੱਗਦੇ, ਤੀਜੇ ਪਿੰਡ ਵਾਰਦਾਤ ਸਾਡੇ ਨਾਮ ਲੱਗਦੇ, ਅਸੀਂ ਸੁੱਖ ਚਹਿਨ ਬੜੇ ਹਾਂ ਦਾ ਖਾ ਕੇ ਲੁੱਟ ਕੇ, ਖੋਰੇ ਤਾਂ ਹੀ ਤੈਨੂੰ ਦੇਖਣੇ ਨੂੰ ਕਾਮ ਲੱਗਦੇ, ਸਿੱਕੇ ਬਾਸਤ ਚੋਂ ਸੋਚਿਆ ਹੈ ਗੇਤੀ ਗੋਰੀ ਇਹ, ਤਾਂ ਹੀ ਆਉਂਦੇ ਨੀ ਗੱਲਾਂ ਚ ਅਸੀਂ ਛੇਤੀ ਗੋਰੀ ਇਹ, ਸਾਡੀ ਲਾਂਕਾ ਨੀ ਢਾਉਂਦੇ ਸਾਡੇ ਪੇਤੀ ਗੋਰੀ ਇਹ, ਸਾਡੇ ਹਾਰੀਆਂ ਨਿਭਾਉਣੇ ਵਾਲੇ ਵੱਲ ਕਰਕੇ, ਨਾਮ ਵਹਿਲੀਆਂ ਚ ਮਾਰੀ ਹੋਈ ਮੱਲ ਕਰਕੇ, ਪਿੱਛੋਂ ਪਹਿਲੀਆਂ ਚ ਆਇਆ ਕਿਸੇ ਗੱਲ ਕਰਕੇ, ਮਸਲੇ ਦਿਖਾਵਾਂ ਤੈਨੂੰ ਹੱਲ ਕਰਕੇ, ਤੇ ਤੂੰ ਖੁੱਲ ਕੇ ਤਾਂ ਦੇਖ ਕੇ ਰਾਂ ਗੱਲ ਕਰ, ਗੱਲ ਹੌਲੀ ਹੌਲੀ ਦੱਸਾਂ ਸਾਰੀ ਗੋਰੀਏ, ਸਾਡੇ ਖੂਨ ਦੇ ਲਈ ਬਣੀ ਨਾ ਗਦਾਰੀ ਗੋਰੀਏ, ਗੱਲ ਰੁਤਬੇ ਤੇ ਮੁੱਕੇ ਅਸਮਾਨ ਨਾਲ ਦਾ, ਸਾਥੋਂ ਉੱਤੇ ਨੀ ਕੋਈ ਮਾਰਦਾ ਉਡਾਰੀ ਗੋਰੀਏ, ਗੱਡੀ ਰੋਡ ਤੇ ਰਕਾਨੇ ਸਾਰੀ ਰਾਤ ਕੱਢਦੀ ਜਾਂਦੀ, ਥੋੜੇ ਹੀ ਸਮੇਂ ਚ ਲੰਮੀ ਵਾਟ ਕੱਢਦੀ, ਤੀਜੇ ਲੈਵਲ ਦੀ ਕਰੀ ਹੋਈ ਟੀ ਹੁਣ ਗੋਰੀਏ, ਪੈਰੀ ਮਾਰਦੇ ਨੇ ਧੂਆਂ ਜਦੋਂ ਲਾਟ ਕੱਢਦੀ, ਹਿੱਟ ਮਾਰੀ ਆ ਮੁੰਡੇ ਦੀ ਕੱਢੇ ਲਾਹਣ ਵਰਗੀ, ਚੁੱਪ ਵਹਿਰੀਆਂ ਦੇ ਵਿਹੜੇ ਸ਼ਮਸ਼ਾਨ ਵਰਗੀ, ਲੋਹਾ ਕੁੱਟ ਕੁੱਟ ਲੋਹੇ ਦਾ ਸਰੀਰ ਹੋ ਗਿਆ ਰੱਖੀ, ਜੁਰਤਿਆਂ ਦੀ ਦੇ ਚਿਚਟਾਨ ਵਰਗੀ, ਸਾਨੂੰ ਗਮ ਨੀ ਕਿਸੇ ਦੇ ਹੁਣ ਜਾਣ ਦਾ ਕੁੜੇ, ਸਾਨੂੰ ਵਹਿਰੀ ਵੀ ਚਾਹੀਦਾ ਸਾਡੇ ਹਾਣ ਦਾ ਕੁੜੇ, ਹੁਣ ਗਿੱਲ ਤੇ ਜੱਗੀ ਨੂੰ ਜੱਗ ਜਾਣ ਦਾ ਕੁੜੇ, ਕਲਾਕਾਰੀ ਚ ਲਿਆਂਦੀ ਨਵੀਂ ਛੱਲ ਕਰਕੇ, ਨਾਮ ਵਹਿਲੀਆਂ ਚ ਮਾਰੀ ਹੋਈ ਮੱਲ ਕਰਕੇ, ਪਿੱਛੋਂ ਪਹਿਲੀਆਂ ਚ ਆਇਆ ਕਿਸੇ ਗੱਲ ਕਰਕੇ, ਨੀ ਮੈਂ ਮਸਲੇ ਦਿਖਾਵਾਂ ਤੈਨੂੰ ਹੱਲ ਕਰਕੇ, ਤੇ ਤੂੰ ਖੁੱਲ ਕੇ ਤਾਂ ਦੇਖ ਕੇ ਰਾਂ ਗੱਲ ਕਰਕੇ। ਸੋ ਇਹ ਸੀ ਜੱਗੀ ਦਾ ਨਿਊ ਸੌਂਗ ਨੈਵਰ ਐਵਰ। ਤੁਹਾਨੂੰ ਇਹ ਸੌਂਗ ਕਿਸ ਤਰ੍ਹਾਂ ਦਾ ਲੱਗਿਆ ਕਮੈਂਟਾਂ ਵਿੱਚ ਜ਼ਰੂਰ ਦੱਸਿਓ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਧੰਨਵਾਦ।